ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਦੀਸੂਰਾ ਵਿਖੇ ਪ੍ਰਿੰਸੀਪਲ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਸਨਾਤਨ ਬਲੱਡ ਬੈਂਕ ਹੁਸ਼ਿਆਰਪੁਰ ਵੱਲੋਂ ਸਕੂਲ ਸਟਾਫ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੀ ਬਦੌਲਤ 100 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੇ ਵਿੱਚ ਸਕੂਲ ਦੇ ਸਟਾਫ ਵੱਲੋਂ ਖੂਨਦਾਨ ਕਰਨ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ। ਜੀ ਸਤਿ ਸ੍ਰੀ ਅਕਾਲ, ਮੈਂ ਕਿਰਪਾਲ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਦੀਸੂਰਾ ਸਿੰਘ। ਅੱਜ ਸਾਡੇ ਸਕੂਲ ਵਿੱਚ ਪਹਿਲੀ ਵਾਰ ਔਰ ਖਾਸ ਦਿਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਜਿਹੜਾ ਹੈ ਉਹ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ। ਕਈ ਦਿਨਾਂ ਤੋਂ ਸਾਡੀ ਜਿਹੜੀ ਕੋਸ਼ਿਸ਼ ਸੀਗੀ ਕਿ ਕੁਛ ਇੱਦਾਂ ਦਾ ਇੱਕ ਵਧੀਆ ਕੰਮ ਕੀਤਾ ਜਾਵੇ ਮਾਨਵਤਾ ਨੂੰ ਸਮਰਪਿਤ, ਜਿਹਦੇ ਨਾਲ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਔਰ ਮੇਰੇ ਖਿਆਲ ਵਿੱਚ ਜਿਹੜਾ ਖੂਨਦਾਨ ਜਿਹੜਾ ਹੈਗਾ ਉਹ ਸਭ ਤੋਂ ਮਹਾਨ ਦਾਨ ਹੈ। ਲਗਭਗ ਮਹੀਨੇ ਤੋਂ ਅਸੀਂ ਆਲੇ ਦੁਆਲੇ ਦੇ ਇਲਾਕੇ ਨੂੰ ਸਾਰਿਆਂ ਨੂੰ ਇਹ ਸੂਚਿਤ ਕੀਤਾ ਕਿ ਸਾਡੇ ਇੱਥੇ ਜਿਹੜਾ ਹੈਗਾ ਅੱਜ ਖੂਨਦਾਨ ਕੈਂਪ ਲੱਗਣਾ ਆ, ਔਰ ਸਾਰਿਆਂ ਵਿੱਚ ਸਾਡੇ ਸਟਾਫ ਵਿੱਚ ਵੀ ਔਰ ਆਲੇ ਦੁਆਲੇ ਦੇ ਸਕੂਲ ਜਿਹੜੇ ਹੈਗੇ ਆ ਬਲਾਕ ਦੇ ਔਰ ਇਲਾਕਾ ਨਿਵਾਸੀਆਂ ਦੇ ਸਾਰਿਆਂ ਵਿੱਚ ਬੜਾ ਉਤਸ਼ਾਹ ਸੀ ਕਿ ਸਾਰੇ ਜਿਹੜੇ ਹੈਗੇ ਆ ਖੂਨ ਮਾ ਕੇ ਜਿਹੜੇ ਹੈਗੇ ਆ ਖੂਨਦਾਨ ਕਰਨ ਆਉਗੇ। ਅੱਜ 10 ਵਜੇ ਤੋਂ ਸਟਾਰਟ ਕਰ ਦਿੱਤਾ ਗਿਆ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਦੇ। ਕਹਾਂਗਾ ਦੇਖੋ, ਇੱਕ ਤੁਹਾਡੇ ਖੂਨਦਾਨ ਨਾਲ ਕਿਸੇ ਦੀ ਮੌਕੇ ਤੇ ਜਾਨ ਬਚਾਈ ਜਾ ਸਕਦੀ ਆ। ਸਾਰਿਆਂ ਨੂੰ ਚਾਹੀਦਾ ਆ ਅਸੀਂ ਕੋਈ ਨਾ ਕੋਈ ਜਿਹੜਾ ਹੈਗਾ ਮਾਨਵਤਾ ਨੂੰ ਸਮਰਪਿਤ ਜਿਹੜਾ ਹੈਗਾ ਹਿਊਮੈਨੀਟੇਰੀਅਨ ਵਰਕ ਕਰੀਏ, ਔਰ ਇਹ ਤੋਂ ਵੱਡਾ ਦਾਨ ਤਾਂ ਕੋਈ ਦਾਨ ਵੀ ਨਹੀਂ ਹੈ ਮੇਰੇ ਖਿਆਲ ਵਿੱਚ। ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਆ ਬੋਡੀ ਦੇ ਜਿਹੜੇ ਆ ਜੋ ਵੀ ਜਿਹੜੇ ਸਾਡੇ ਪਾਰਟਸ ਆ ਅੰਗ ਦੇ ਹੈਗੇ ਆ ਜਿਹੜੇ ਕਿ ਕਿਸੇ ਦੇ ਕੰਮ ਆ ਸਕਦੇ ਆ ਜ਼ਰੂਰ ਦਾਨ ਕਰਨੇ ਚਾਹੀਦੇ ਆ। ਕਿਸੇ ਨੇ ਕਿਹਾ ਜੀ ਕਿ ਖੂਨਦਾਨ ਮਹਾਦਾਨ, ਇਸੇ ਵਾਕ ਨੂੰ ਮੁਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਦੀਸੂਰਾ ਸਿੰਘ ਦੇ ਕੈਂਪਸ ਦੇ ਵਿੱਚ ਅੱਜ ਅਸੀਂ ਪਹਿਲਾ ਖੂਨਦਾਨ ਕੈਂਪ ਲਗਾ ਰਹੇ ਹਾਂ ਜੋ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੂੰ ਸਮਰਪਿਤ ਹੈ। ਇਸ ਦੇ ਲਈ ਅਸੀਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਜੀ, ਸਟਾਫ ਮੈਂਬਰ ਸਾਹਿਬਾਨ ਅਤੇ ਇਲਾਕੇ ਦੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਪੂਰਾ ਜੋਲਾ ਹੈ। ਅੱਜ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਖੂਨਦਾਨ ਕੀਤਾ ਹੈ ਜੀ, ਤੇ ਜਿਸ ਦੀ ਗਿਣਤੀ ਵੀ ਹੈਗੀ ਆ 100 ਤੋਂ ਉੱਪਰ ਯੂਨਿਟ ਦਾਨ ਹੋਣ ਦੀ ਪੁੱਜਣੀ ਹੈ ਜੀ। ਸੋ ਅਸੀਂ ਇਹੀ ਪੈਗਾਮ ਦਿੰਦੇ ਹਾਂ ਜੀ ਕਿ ਖੂਨਦਾਨ ਕਰੋ ਤਾਂ ਕਿ ਕਿਸੇ ਦੀ ਜਾਨ ਵੀ ਹੈਗੀ ਆ ਬਚਾਈ ਜਾ ਸਕੇ। ਵਲੰਟਰੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਸੀ ਪਦੀਸੂਰਾ ਸਿੰਘ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ। ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਕਿਉਂਕਿ ਜਿਹੜਾ ਬਲੱਡ ਹੈਗਾ ਇਹ ਸਿਰਫ ਔਰ ਸਿਰਫ ਮਤਲਬ ਹਿਊਮਨ ਬੀਇੰਗਸ ਦੇ ਵਿੱਚੋਂ ਹੀ ਮਿਲਦਾ ਹੈਗਾ, ਇਹ ਕਿਸੇ ਵੀ ਜੇ ਆਪਾਂ ਕਹੀਏ ਕਿ ਫੈਕਟਰੀ ਜਾਂ ਉਹਦੇ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਸੋ ਵੱਧ ਤੋਂ ਵੱਧ ਜਿਹੜੇ ਹੈਗੇ ਆ ਵਲੰਟਰੀ ਬਲੱਡ ਡੋਨੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਵਲੰਟਰੀ ਬਲੱਡ ਡੋਨੇਸ਼ਨ ਹੀ ਇੱਕ ਇਸ ਤਰ੍ਹਾਂ ਦੀ ਹੈਗੀ ਜਿਹੜੀ ਸੇਫ ਗਿਣੀ ਜਾਂਦੀ ਹੈ ਕਿਉਂਕਿ ਬੰਦਾ ਉਹੀ ਆ ਕੇ ਬਲੱਡ ਡੋਨੇਟ ਕਰਦਾ ਜਿਹਨੂੰ ਪਤਾ ਹੈ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਮੈਨੂੰ ਕੋਈ ਤਕਲੀਫ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ, ਕੋਈ ਬਿਮਾਰੀ ਨਹੀਂ ਹੈ। ਸੋ ਇਹ ਬਹੁਤ ਹੀ ਅੱਛੀ ਚੀਜ਼ ਹੈ, ਬਹੁਤ ਅੱਛਾ ਉਪਰਾਲਾ ਹੈ ਔਰ ਇਸ ਤਰ੍ਹਾਂ ਦੇ ਮੈਕਸੀਮਮ ਕੈਂਪ ਲਗਾਏ ਜਾਣੇ ਚਾਹੀਦੇ ਹਨ। ਔਰ ਬਲੱਡ ਡੋਨੇਸ਼ਨ ਦੇ ਵਿੱਚ ਕੋਈ ਬਲੱਡ ਦੇਣ ਦੇ ਨਾਲ ਕਿਸੇ ਵੀ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ। ਇੱਕ ਬੰਦਾ ਜਿਹੜਾ 18 ਸਾਲ ਤੋਂ ਉੱਪਰ ਹੈਗਾ, 18 ਸਾਲ ਤੋਂ ਲੱਗ ਕੇ 65 ਸਾਲ ਤੱਕ ਦਾ ਇੱਕ ਬੰਦਾ ਜਿਹੜਾ ਹੈਗਾ ਬਲੱਡ ਡੋਨੇਟ ਕਰ ਸਕਦਾ, ਔਰ ਉਹਦਾ ਜਿਹੜਾ ਆਪਾਂ ਕਹਿੰਦੇ ਕਿ HV ਹੈਗਾ ਉਹ 12.5 ਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈਗਾ।
ਔਰ ਭਾਰ ਜਿਹੜਾ ਹੈਗਾ ਉਹ 45 ਕਿਲੋ ਤੋਂ ਉੱਪਰ ਹੋਵੇ ਦੇਣਾ ਚਾਹੀਦਾ ਹੈਗਾ। ਔਰ ਇਹਦੇ ਫਾਇਦੇ ਵੀ ਹੈਗੇ ਆ ਕਿ ਤੁਹਾਡੇ ਕੁਝ ਟੈਸਟ ਜਿਹੜੇ ਹੈਗੇ ਆ ਫ੍ਰੀ ਆਫ ਕਾਸਟ ਹੋ ਜਾਂਦੇ ਆ, ਜਿਸ ਤਰ੍ਹਾਂ ਕਿ HIV ਦਾ ਹੋ ਗਿਆ, ਹੈਪੇਟਾਈਟਿਸ ਬੀ ਹੋ ਗਿਆ, ਹੈਪੇਟਾਈਟਿਸ ਸੀ ਹੋ ਗਿਆ, VDR, LMP, ਹੋਰ ਦੋ ਤਿੰਨ ਟੈਸਟ ਹੈਗੇ, HIV ਦਾ ਹੋ ਗਿਆ, ਗਰੁੱਪ ਏ, ਸਾਰੇ ਫ੍ਰੀ ਆਫ ਕਾਸਟ ਹੁੰਦੇ ਹੈਗੇ ਆ। ਔਰ ਅਗਰ ਕਿਸੇ ਵੀ ਬਲੱਡ ਡੋਨਰ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਟੈਸਟ ਪੋਜ਼ਿਟਿਵ ਆਉਂਦਾ ਹੈਗਾ ਤੇ ਅਸੀਂ ਉਹਨੂੰ ਕੋਈ ਵੀ ਜਿਹੜਾ ਸਰਕਾਰੀ ਬਲੱਡ ਬੈਂਕ ਹੋਏਗਾ ਜਾਂ ਜਿਹੜਾ ਵੀ ਲਾਇਸੈਂਸ ਦਾ ਬਲੱਡ ਬੈਂਕ ਆ, ਫਿਰ ਉਸ ਬੰਦੇ ਨੂੰ ਇਨਫੋਰਮ ਕਰਦਾ ਹੈਗਾ ਤਾਂ ਕਿ ਉਹ ਜਿਹੜਾ ਆਪਣਾ ਜੇ ਉਹਨੂੰ ਕੋਈ ਪ੍ਰੋਬਲਮ ਨਿਕਲੀ ਹੈਗੀ ਤਾਂ ਉਹਦਾ ਇਲਾਜ ਕਰਾ ਸਕੇ। ਔਰ ਇੱਕ ਡੋਨੇਟ ਆਪਾਂ ਬਲੱਡ ਇੱਕ ਬੰਦਾ ਡੋਨੇਟ ਕਰਦਾ ਹੈਗਾ, ਇੱਕ ਯੂਨਿਟ ਦੇ ਨਾਲ ਅੱਗੇ ਘੱਟੋ ਘੱਟ ਜਿਹੜੇ ਹੈਗੇ ਆ ਤਿੰਨ ਬੰਦਿਆਂ ਨੂੰ ਫਾਇਦਾ ਹੋ ਜਾਂਦਾ ਹੈਗਾ।